ਬੀਤੇ ਦਿਨੀ ਨਕੋਦਰ ਦੇ ਸੰਤ ਜੂਦ ਕਾਨਵੈਂਟ ਸਕੂਲ ਦੇ ਵਾਟਰ ਕੂਲਰ ਦਾ ਪਾਣੀ ਪੀਣ ਕਾਰਨ ਦਰਜਨ ਤੋਂ ਵੱਧ ਬੱਚਿਆਂ ਦੀ ਸਿਹਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਵੀ ਕਰਵਾਇਆ ਗਿਆ ਸੀ। ਜਿਸ ਦੀ ਖਬਰ ਹਕੀਕੀ ਟੀਵੀ ਪੰਜਾਬੀ ਨੇ ਸਭ ਤੋਂ ਪਹਿਲਾਂ ਨਸ਼ਰ ਕੀਤੀ ਸੀ ਤੇ ਜਿਸ ਦਾ ਅਸਰ ਵੀ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਆਪਣੀਆਂ ਕੁਰਸੀਆਂ ਛੱਡ ਸਕੂਲ ਦੇ ਵਿੱਚ ਆਉਣਾ ਪਿਆ, ਜਿੱਥੇ ਆ ਕੇ ਪ੍ਰਸ਼ਾਸਨ ਨੇ ਪਾਣੀ ਦੇ ਸੈਂਪਲ ਲਏ ਹਨ। ਉਹ ਵੀ ਸੁਣਾਵਾਂਗੇ ਅਧਿਕਾਰੀਆਂ ਨੇ ਕੀ ਕਿਹਾ। ਪਹਿਲਾਂ ਸੁਣੋ ਸਕੂਲ ਮੈਨੇਜਮੈਂਟ ਦਾ ਕੀ ਕਹਿਣਾ ਹੈ। ਹਾਂਜੀ ਸਰ, ਜੋ ਰਿਪੋਰਟ ਆਪਕੋ ਮਿਲਾ ਜੋ ਸਰ ਰਿਪੋਰਟ ਤੋਂ ਹਮੇ ਮਿਲ ਗਈ, ਪਰ ਇਹ ਹੈ ਕਿ ਆਪਕੇ ਸਕੂਲ ਕੇ 12 ਬੱਚੇ ਜੋ ਹੈ ਹਾਸਪਿਟਲ ਮੇ ਦਾਖਲ ਕਰਵਾਏ ਗਏ, ਕਿਆ ਕਾਰਨ ਹੋ ਗਿਆ ਥਾ? ਕਾਰਨ ਹਮਕੋ ਕੋਈ ਪਤਾ ਨਹੀਂ, ਉਨ੍ਹਾਂ ਬੋਲਾ ਉਲਟੀ ਹੋ ਰਿਹਾ ਹੈ, ਇੱਕ ਦੋ ਬੱਚੇ ਨੇ, ਬਾਕੀ ਸਾਰਾ ਬੱਚਾ ਬੋਲ ਰਿਹਾ ਹੈ ਹਮਕੋ ਦਰਦ ਹੈ। ਹਮਨੇ ਇਮੀਡੀਏਟਲੀ ਉਸਕੋ ਹਾਸਪਿਟਲ ਮੇ ਦਾਖਲ ਕੀਆ, ਡਾਕਟਰ ਕਾ ਉਧਰ ਟੈਸਟ ਕਰ ਦਿਆ, ਕੋਈ ਨੁਕਸ ਉਨ੍ਹਾਂ ਨੇ ਪਕੜਾ ਨਹੀਂ ਅਭੀ ਤੱਕ। ਸਰ ਬੱਚੋਂ ਕਾ ਆਰੋਪ ਹੈ ਕਿ ਉਨ੍ਹਾਂ ਕਹਿਣਾ ਕਿ ਪਾਣੀ ਮੇ ਕੋਈ ਮੱਛਲੀ ਕਹਿਤੇ ਕਿਆ ਚੂਹਾ ਥਾ ਯਾ ਫਿਰ ਨਾ, ਹਮ ਨਹੀਂ ਦੇਖਾ, ਜੋ ਕੁਛ ਸਹੀ ਹੈ ਮੈਂ ਬੋਲ ਰਿਹਾ। ਬੱਚੇ ਕਹਿ ਰਹੇ ਹੈ ਬੱਚੇ ਕੈਸੇ ਦੇਖਣ ਦੇਖਾ ਹੀ ਨਹੀਂ, ਬੱਚੋਂ ਕੀ ਤਬੀਅਤ ਕੈਸੇ ਖਰਾਬ ਹੋ ਗਈ ਫਿਰ? ਉਹ ਤਾਂ ਹਾਸਪਿਟਲ ਵਾਲੇ ਬੋਲ ਰਹੇ, ਹਮ ਕਿਆ ਬੋਲ ਸਕਤੇ। ਹੈਲਥ ਡਿਪਾਰਟਮੈਂਟ ਦਾ ਉਹਨੇ ਦੇਖਣ ਸਭ ਕੁਛ ਸਾਫ਼ ਕਰ ਚੁੱਕੇ ਸੀ, ਇਹਨਾਂ ਦਾ ਕੀ ਕਹਿਣਾ ਸਕੂਲ ਵਾਲਿਆਂ ਨੇ ਕੀ ਕਿਹਾ ਤੁਹਾਨੂੰ? ਹਜੇ ਗੱਲ ਚੱਲੀ ਪਈ, ਪੇਰੈਂਟਸ ਅੰਦਰ ਹੀ ਬੈਠੇ ਆ। ਤੇ ਹੁਣ ਤੁਸੀਂ ਕੀ ਮੰਗ ਕਰਦੇ ਆ? ਹਜੇ ਆਹੀ ਕੀ ਅੱਗੇ ਧਿਆਨ ਹੋਣਾ ਚਾਹੀਦਾ, ਐਕਸ਼ਨ ਲੈਣਾ ਚਾਹੀਦਾ। ਡਾਇਰੈਕਟਰ ਸਾਹਿਬ ਜਿਹੜੇ ਸਕੂਲ ਦੇ ਆ ਉਹਨਾਂ ਨੇ ਵੀ ਆਹੀ ਕਹਿ ਰਹੇ ਆ ਕਿ ਅਸੀਂ ਪਲੈਨਿੰਗ ਕਰਕੇ ਗਏ ਆ, ਪਲੈਨਿੰਗ ਕਰਕੇ 12 ਸਟੂਡੈਂਟ ਤਾਂ ਨਹੀਂ ਜਾ ਸਕਦੇ ਰਿਪੇਅਰ ਲਾਉਣ ਵਾਸਤੇ। ਮੇਰਾ ਨਾਮ ਅਮਰਿੰਦਰ ਸਿੰਘ ਹੈ। ਹਾਂਜੀ, ਮੇਰੀ ਪੋਸਟ ਐਸਆਈ ਦੀ ਹੈ। ਅੱਛਾ ਜੀ, ਤੇ ਸਾਨੂੰ ਜਲੰਧਰ ਤੋਂ ਸਿਵਲ ਸਰਜਨ ਤੋਂ ਰਾਤੀ ਮੈਸੇਜ ਆਇਆ ਸੀਗਾ ਕਿ ਰੀਤਾ ਕਰਕੇ ਨਕੋਦਰ ਕਾਨਵੈਂਟ ਸਕੂਲ ਦੇ ਵਿੱਚ ਬੱਚੇ ਬਿਮਾਰ ਹੋਏ ਨੇ ਤੇ ਉਹਨਾਂ ਦੇ ਪਾਣੀ ਦੇ ਸੈਂਪਲ ਕਲੈਕਟ ਕੀਤੇ, ਉਹ ਅਸੀਂ ਪਾਣੀ ਦੇ ਸੈਂਪਲ ਦੋ ਇਹਨਾਂ ਦੇ ਕਲੈਕਟ ਕਰ ਲਿਆ, ਇੱਕ ਮੇਨ ਜਿੱਥੋਂ ਬੱਚੇ ਮਤਲਬ ਕਿ ਬਿਮਾਰ ਹੋਏ ਸੀ ਪਾਣੀ ਦਾ ਪੀ ਕੇ, ਤੇ ਇੱਕ ਇਹਨਾਂ ਦੇ ਸਮਰਸੀਬਲ ਦਾ ਲੈ ਲਿਆ, ਉਹ ਅਸੀਂ ਖਰੜ ਲੈਬ ਦੇ ਵਿੱਚ ਭੇਜਦੇ ਲੱਗੇ। ਸਰ ਕੀ ਲੱਗਦਾ ਤੁਹਾਨੂੰ ਕਿ ਇਹ ਤਾਂ ਅਸੀਂ ਕਹਿ ਨਹੀਂ ਸਕਦੇ ਜੀ ਉੱਥੇ ਕੀ ਹੈਗਾ, ਸਾਨੂੰ ਜਿਹੜੀ ਖਬਰ ਜਦੋਂ ਮਿਲੀ ਅਸੀਂ ਨਾਲ ਦੀ ਨਾਲ ਹੀ ਇੱਥੇ ਆ ਗਏ। ਪਰ ਇਹ ਘਟਨਾ ਤਾਂ ਜਿਹੜੀ ਹੈਗੀ ਕੱਲ ਦੀ ਹੈਗੀ ਆ, ਘਟਨਾ ਕੱਲ ਦੀ ਆ, ਪਰ ਸਾਨੂੰ ਜਿਹੜੀ ਮਤਲਬ ਸਾਡੇ ਤੱਕ ਖਬਰ ਜਿਹੜੀ ਪਹੁੰਚੀ ਆ ਉਹ ਜਦੋਂ ਪਹੁੰਚੀ ਅਸੀਂ ਉਸ ਟਾਈਮ ਇੱਥੇ ਆ। ਕਿੰਨੇ ਬੱਚੇ ਬਿਮਾਰ ਹੋਏ ਨੇ ਜਨਾਬ? ਹਜੇ ਤੱਕ ਬੱਚੇ ਬਿਮਾਰ ਕਹਿ ਰਹੇ ਜੀ, ਬਿਮਾਰਾਂ 12 ਕਹਿ ਰਹੇ ਜੀ। ਹੁਣ ਉਹਨਾਂ ਦੀ ਹਾਲਤ ਕਿੱਦਾਂ ਸਰ? ਉਹਨਾਂ ਦੀ ਹਾਲਤ ਠੀਕ ਆ, ਚੱਲ ਗਿਆ ਘਰ ਸਾਰੇ। ਇਕੱਲਾ ਪ੍ਰਸ਼ਾਸਨ ਹੀ ਨਹੀਂ ਬਲਕਿ ਇਸ ਖਬਰ ਨੇ ਸਿਆਸਤਦਾਨਾਂ ਨੂੰ ਵੀ ਭਾਜੜਾ ਪਾ ਦਿੱਤੀਆਂ, ਜਿਸ ਤੋਂ ਬਾਅਦ ਨਕੋਦਰ ਦੀ ਵਿਧਾਇਕ ਮੈਡਮ ਇੰਦਰਜੀਤ ਕੌਰ ਹੋਰੀ ਮੀਡੀਆ ਦੇ ਕੈਮਰੇ ਅੱਗੇ ਆਏ ਨੇ। ਉਹਨਾਂ ਨੇ ਜੋ ਕਿਹਾ ਉਹ ਤੁਸੀਂ ਹੁਣ ਉਹਨਾਂ ਦੇ ਜ਼ੁਬਾਨੀ ਆਪ ਹੀ ਸੁਣੋ। ਪਰ ਮੈਡਮ ਕਾਰਵਾਈ ਕੀਤੀ ਉੱਥੇ? ਨਾ ਕੋਈ ਲੋਕਲ ਪ੍ਰਸ਼ਾਸਨ ਪਹੁੰਚੇ ਮੈਡਮ ਉੱਥੇ, ਤੁਸੀਂ ਵੀ ਇੱਥੇ ਲੋਕਲ ਨੂੰ ਐਸਡੀਐਮ ਸਾਹਿਬ ਇੱਥੇ ਨੇ। ਮੈਂ ਐਕਚੁਅਲੀ ਜੇ ਇੱਥੇ ਹੁੰਦੀ ਫਿਰ ਤਾਂ ਗੱਲ ਨਹੀਂ ਸੀ ਮੇਰੀ, ਮੈਂ ਸੀ ਚੱਕਰ 18 ਘੰਟੇ ਬਾਅਦ ਪ੍ਰਸ਼ਾਸਨ ਪਹੁੰਚਣਾ। ਜਿਹੜੇ ਬੱਚੇ ਹੈਗੇ ਉਹ ਕਹਿ ਰਹੇ ਆ ਕਿ ਪਾਣੀ ਨੂੰ ਸਾਫ਼ ਕਰ ਦਿੱਤਾ ਗਿਆ, ਕੀ ਇਹਦੇ ਤੇ ਕੋਈ ਜਿਹੜੀ ਹੈਗੀ ਜਾਂਚ ਬਿਠਾਈ ਜਾਊਗੀ? ਬਿਲਕੁਲ ਬਿਠਾਈ ਜਾਏਗੀ। ਮੈਨੂੰ ਜੇ ਸਹੀ ਪੁੱਛੋ ਤੇ ਖਬਰ ਜਿਹੜੀ ਆ ਨਾ ਉਹ ਜਲਦੀ ਦੇਣੀ ਲੀਕ ਨਹੀਂ ਹੋਈ, ਸਹੀ ਮਹੀਨੇ ਦੇ ਵਿੱਚ ਖਬਰ ਛੇਤੀ ਲੀਕ ਨਹੀਂ ਹੋਈ। ਖਬਰ ਤਾਂ ਜਿਹੜੀ ਹੈਗੀ ਆ 2-3 ਵਜੇ ਤੋਂ ਬਾਅਦ ਜਿਹੜੀ ਹੈਗੀ ਆ ਸਾਰੇ ਚੈਨਲਾਂ ਤੇ ਚੱਲ ਚੁੱਕੀ ਸੀ। ਜਿੱਥੇ ਵੀ ਕਿਤੇ ਲਾਪਰਵਾਹੀ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ, ਮੈਂ ਇਹ ਆਪ ਖੁਦ ਸਹਿਣਾ। ਬੀਤੇ ਦਿਨੀ ਨਕੋਦਰ ਐਸਡੀਐਮ ਦਾ ਬਿਆਨ ਆਇਆ ਤੇ ਅੱਜ ਵਿਧਾਇਕ ਇੰਦਰਜੀਤ ਕੌਰ ਹੋਰਾਂ ਨੇ ਬੱਚਿਆਂ ਦੇ ਮਾਪਿਆਂ ਅਤੇ ਲੋਕਾਂ ਨੂੰ ਸਕੂਲ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ। ਖੈਰ, ਪ੍ਰਸ਼ਾਸਨ ਅਤੇ ਸਿਆਸਤਦਾਨਾਂ ਵੱਲੋਂ ਆਪੋ ਆਪਣੇ ਬਿਆਨ ਤਾਂ ਦਿੱਤੇ ਗਏ ਨੇ, ਸਾਰਿਆਂ ਨੇ ਬਿਆਨ ਦੇ ਦਿੱਤੇ ਨੇ। ਅਜਿਹੇ 'ਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪ੍ਰਸ਼ਾਸਨ ਹੁਣ ਕੀ ਐਕਸ਼ਨ ਲਵੇਗਾ ਜਾਂ ਫਿਰ ਇਸ ਮਾਮਲੇ ਨੂੰ ਥੋੜੇ ਦਿਨ ਬਾਅਦ ਠੰਡੇ ਬਸਤੇ ਵਿੱਚ ਪਾ ਕੇ ਦਬਾ ਦਿੱਤਾ ਜਾਵੇਗਾ। ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।